ਦੇ ਦਿਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਗਾਂਧੀ ਜਯੰਤੀ ਦੇ ਦੇਖਦੇ ਉੱਤੇ ਪੰਜਾਬ ਸਰਕਾਰ ਨੇ ਤਹੀਆ ਕੀਤਾ ਕਿ ਜਿਹੜੇ ਡਿਜ਼ਰਵਿੰਗ ਪਿੰਡਾਂ ਦੇ ਵਸਨੀਕ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ 42-43 ਜਿਹੜੀਆਂ ਸਕੀਮਾਂ ਨੇ ਬੈਨੀਫਿਸ਼ਰੀ ਸਕੀਮ 'ਚ ਕਹਿੰਦੇ ਹਾਂ ਅਸੀਂ ਉਹਨਾਂ ਜਿਨ੍ਹਾਂ ਨੂੰ ਹੁਣ ਤੱਕ ਲਾਭ ਨਹੀਂ ਦਿੱਤਾ ਉਹਨਾਂ ਨੂੰ ਅਸੀਂ ਬੇਨਤੀ ਕਰਕੇ ਪਿੰਡਾਂ 'ਚ ਮੁਨਾਦੀ ਕਰਕੇ ਬੇਨਤੀ ਕਰਕੇ ਇੱਥੇ ਬੁਲਾਇਆ ਕਿ ਤੁਸੀਂ ਆਪਣੇ ਫਾਰਮ ਭਰ ਕੇ ਦਿਓ ਅਸੀਂ ਉਹਨਾਂ ਦੀ ਪੜਤਾਲ ਕਰਕੇ ਉਹਨਾਂ ਨੂੰ ਬਣਦਾ ਯੋਗ ਲਾਭ ਜੋ ਹਦਾਇਤਾਂ ਦੇ ਮੁਤਾਬਿਕ 31 ਦਸੰਬਰ ਤੱਕ ਅਸੀਂ ਉਹਨਾਂ ਨੂੰ ਸਾਰਾ ਨਿਪਟਾਰਾ ਕਰਕੇ ਯੋਗ ਲਾਭ ਉਹਨਾਂ ਨੂੰ ਬਣਦਾ ਅਸੀਂ ਦੇਵਾਂਗੇ ਜਿਹੜੇ ਕੋਈ ਨਹੀਂ ਆ ਸਕੇ ਕੋਈ ਇੱਧਰ ਉੱਧਰ ਲਾਂਘ ਗਏ ਹੋਏ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਦੁਬਾਰਾ ਅਸੀਂ ਇੱਕ ਵਾਰੀ ਫਿਰ ਇਸੇ ਤਰ੍ਹਾਂ ਕਰਦਾ ਅਸੀਂ ਸੈਸ਼ਨ ਕਰਾਂਗੇ ਅਤੇ ਉਹਨਾਂ ਦੇ ਸਾਰਿਆਂ ਦੇ ਫਾਰਮ ਭਰ ਕੇ ਅਤੇ ਸਾਰਿਆਂ ਨੂੰ ਅਸੀਂ ਇਹ ਲਾਭ ਦੇਵਾਂਗੇ ਅਤੇ ਮੇਰੀ ਇਸ ਮੀਡੀਆ ਦੇ ਰਾਹੀਂ ਵੀ ਬੇਨਤੀ ਹੈ ਕਿ ਕਈ ਵਾਰੀ ਕੋਈ ਵਿਅਕਤੀ ਜਿਹੜਾ ਇੱਥੇ ਤੱਕ ਨਹੀਂ ਪਹੁੰਚ ਕਰ ਸਕਦਾ ਜੇ ਉਹ ਕਿਸੇ ਦੇ ਨੋਟਿਸ ਦੇ ਵਿੱਚ ਆਉਂਦਾ ਤਾਂ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਂ ਸੰਬੰਧਿਤ SGM ਨੂੰ ਸੂਚਿਤ ਕਰੇ ਅਤੇ ਅਸੀਂ ਆਪਦੇ ਕਰਮਚਾਰੀ ਉਹਦੇ ਦਰ 'ਤੇ ਭੇਜ ਕੇ ਉਹਨਾਂ ਦੇ ਫਾਰਮ ਭਰਾ ਕੇ ਅਤੇ ਜੋ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਲਾਭ ਦੇਵਾਂਗੇ। ਇਸ ਤਰ੍ਹਾਂ ਦਾ ਕੋਈ ਸੈੱਲ ਵੀ ਬਣਿਆ ਜਿੱਥੇ ਮਤਲਬ ਲੋਕ ਆ ਕੇ ਸਿੱਧੀ ਗੱਲ ਕਰ ਸਕਦੇ ਆ ਜਾਂ ਅਲੱਗ ਅਲੱਗ ਡਿਪਾਰਟਮੈਂਟ ਨਾਲ ਗੱਲ ਕਰਨੀ ਪਈ? ਇਹਦੇ ਵਿੱਚ ਇਹ ਹੈ ਕਿ ਅਸੀਂ ADC ਡਿਵੈਲਪਮੈਂਟ ਜਿਹੜੇ ਨੇ ਕਿਉਂਕਿ ਪੰਚਾਇਤੀ ਰਾਜ ਦੀ ਇਹ ਸਕੀਮ ਹੈ ਪੰਚਾਇਤੀ ਰਾਜ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ADC ਡਿਵੈਲਪਮੈਂਟ ਹੁੰਦੇ ਨੇ ਅਤੇ ਬਲਾਕਾਂ ਦੇ ਵਿੱਚ BDOs ਹੁੰਦੇ ਨੇ ਜਿੰਨੇ ਵੀ ਕੋਈ ਵਿਅਕਤੀ ਰਹਿ ਜਾਏਗਾ ਜਾਂ ਕੋਈ ਜਿਹਨੂੰ ਇਹ ਸਮਝ ਆਵੇ ਵੀ ਇੱਥੇ ਜੇ ਰਸ਼ ਜ਼ਿਆਦਾ ਹੋ ਗਿਆ ਉਹਦਾ ਫਾਰਮ ਨਹੀਂ ਭਰ ਹੋਇਆ ਜਾਂ ਕੁਛ ਕਮੀ ਪੇਸ਼ੀ ਰਹਿ ਗਈ ਤਾਂ ਉਹ ਆਪਣੇ BDO ਦਫ਼ਤਰ ਦੇ ਵਿੱਚ ਜਿਹੜੇ ਬਲਾਕ ਨੇ ਆਪਣੇ ਇੱਥੇ ਉੱਥੇ ਜਾ ਕੇ 5 ਬਲਾਕ ਨੇ ਜ਼ਿਲ੍ਹੇ ਦੇ ਵਿੱਚ ਉੱਥੇ ਜਾ ਕੇ ਆਪਦਾ ਜਿਹੜੀ ਗੱਲਬਾਤ ਕਰ ਸਕਦਾ ਫਾਰਮ ਭਰ ਕੇ ਉੱਥੇ ਦੇ ਸਕਦਾ ਉੱਥੋਂ ਅਸੀਂ ਜਿਹੜੇ ਸੰਬੰਧਿਤ ਵਿਭਾਗ ਦਾ ਹੋਏਗਾ ਅਸੀਂ ਉੱਥੇ ਉਹਨੂੰ ਘੱਲਦੇ ਹਾਂ। ਅੱਜ ਮਹਾਤਮਾ ਗਾਂਧੀ ਸਾਡੇ ਦੇਸ਼ ਦੇ ਮਹਾਨ ਪਿਤਾ ਹੈ ਉਹਨਾਂ ਦੀ 150ਵੀਂ ਵਰ੍ਹੇਗੰਢ ਤੇ ਜਿਹੜਾ ਪੰਜਾਬ ਸਰਕਾਰ ਨੇ ਇਹ ਸੈਲੀਬ੍ਰੇਸ਼ਨ ਔਰਗਨਾਈਜ਼ ਕਰੀ ਹੈ ਜਿਹੜਾ ਇਕੱਠ ਇੱਥੇ ਹੋਇਆ ਉਹ ਮਹਾਤਮਾ ਗਾਂਧੀ ਜੀ ਜੋ ਸਾਨੂੰ ਦੇਸ਼ ਵਾਸਤੇ ਸੰਦੇਸ਼ ਛੱਡ ਗਏ ਸੀ ਉਹਦੇ ਦੇ ਵਿੱਚ ਅਸੀਂ ਕਰ ਰਹੇ ਹਾਂ। ਉਹਨਾਂ ਨੇ ਇਹ ਕਿਹਾ ਸੀ ਕਿ ਜਦ ਤੁਹਾਨੂੰ ਜਿਹੜੀ ਸਰਕਾਰਾਂ ਆਉਂਦੀਆਂ ਉਹਨਾਂ ਦੇ ਮਨ 'ਚ ਕੋਈ ਵੀ ਵਿਸ਼ਵਾਸ ਗਰੀਬ ਹੋਏ ਕਿ ਕੋਈ ਡਾਊਟ ਆਏ ਕਿ ਮੈਂ ਜਿਹੜਾ ਸਕੀਮ ਚਲਾ ਰਿਹਾ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਉਹ ਠੀਕ ਹੈ ਕਿ ਨਹੀਂ ਹੈ ਅਤੇ ਜਿਹੜਾ ਸਭ ਤੋਂ ਗਰੀਬ ਤੁਸੀਂ ਇਨਸਾਨ ਜਦੋਂ ਤੁਸੀਂ ਦੇਖਿਆ ਹੋਏ ਉਹਨੂੰ ਆਪਣੀ ਨਜ਼ਰ ਦੇ ਸਾਹਮਣੇ ਰੱਖ ਲਿਓ ਅਤੇ ਇਹ ਦੇਖੋ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ ਉਸ ਇਨਸਾਨ ਦਾ ਕੋਈ ਫਾਇਦਾ ਹੁੰਦਾ ਉਹ ਲਾਈਫ ਅੱਗੇ ਉੱਤੇ ਹੋਰ ਵੱਧਦਾ ਹੈ ਉਹਦਾ ਕੋਈ ਆਰਥਿਕ ਫਾਇਦਾ ਹੁੰਦਾ ਹੈ ਉਹ ਆਪਣੀ ਗਰੀਬੀ ਤੋਂ ਹਟ ਕੇ ਮਿਲ ਸਕਦਾ ਹੈ। ਅਗਰ ਉਹ ਟੈਸਟ ਇਹ ਪਤਾ ਲੱਗੇ ਕਿ ਜੋ ਤੁਸੀਂ ਸਕੀਮ ਚਲਾ ਰਹੇ ਹੋ ਉਹਦਾ ਕੋਈ ਫਾਇਦਾ ਹੁੰਦਾ ਹੈ ਤਾਂ ਤੁਹਾਡੀ ਸਕੀਮ ਠੀਕ ਹੈ ਜੋ ਤੁਸੀਂ ਕੰਮ ਕਰ ਰਹੇ ਹੋ ਉਹ ਚੰਗਾ ਹੈ। ਔਰ ਇਸੀ ਸੰਦੇਸ਼ ਨਾਲ ਅੱਜ ਸਰਕਾਰ ਜਿਹੜੀ ਹੈ ਉਹਨਾਂ ਨੇ ਇਹ ਪ੍ਰੋਗਰਾਮ ਔਰਗਨਾਈਜ਼ ਕਰਿਆ ਜਿਹੜੇ ਵੱਖ ਵੱਖ ਵੈਲਫੇਅਰ ਡਿਪਾਰਟਮੈਂਟ ਹੈ ਸਰਕਾਰ ਦਾ ਵੱਖ ਵੱਖ ਵੈਲਫੇਅਰ ਪ੍ਰੋਗਰਾਮ ਹੈ ਉਹਨਾਂ ਨੂੰ ਗਰੀਬ ਤੋਂ ਗਰੀਬ ਜਿਹੜੇ ਵਰਗ ਦੇ ਲੋਕ ਹੈ ਜਿਨ੍ਹਾਂ ਨੂੰ ਪਹਿਲਾਂ ਕਵਰ ਨਹੀਂ ਕਰਿਆ ਗਿਆ ਉਹਨਾਂ ਨੂੰ ਮਹਾਤਮਾ ਗਾਂਧੀ ਸਰਬੱਤ ਜਿਹੜਾ ਵਿਕਾਸ ਪ੍ਰੋਗਰਾਮ ਉਹਦੇ ਅੰਡਰ ਅੱਜ ਕਵਰ ਕਰਿਆ ਜਾ ਰਿਹਾ। ਕੋਈ 24 ਇੱਥੇ ਡਿਪਾਰਟਮੈਂਟ ਆਇਆ ਔਰ ਜਿਹੜਾ DC ਸਾਹਿਬ ਨੇ ਇਸ ਤੋਂ ਪਹਿਲਾਂ ਪ੍ਰੋਗਰਾਮ ਕਰਿਆ ਜਿਨ੍ਹਾਂ ਨੂੰ ਰਜਿਸਟਰ ਕਰਿਆ 57 ਤੋਂ ਉੱਤੇ ਲੋਕ ਜਿਹੜੇ ਹੈ ਉਸ ਵੈਲਫੇਅਰ ਪ੍ਰੋਗਰਾਮ ਜਿਹੜਾ ਘਰ ਘਰ ਰੋਜ਼ਗਾਰ ਯੋਜਨਾ ਵੀ ਅਸੀਂ ਲਾਂਚ ਕਰੀਏ ਹਰ ਪਿੰਡ 'ਚ 10 ਬੰਦਿਆਂ ਨੂੰ ਰੋਜ਼ਗਾਰ ਕਰਨਾ ਮਿਲੇਗਾ ਕੁਛ 57 ਤੋਂ ਉੱਤੇ ਲੋਕ ਰਜਿਸਟਰ ਹੋ ਚੁੱਕੇ ਹਨ। ਇਸ ਸਕੀਮਾਂ ਦੇ ਤਹਿਤ 22,000 ਤੋਂ ਲੋਕ ਇੱਥੇ ਜਿਹੜੇ ਆ ਜਿਹਨਾਂ ਨੂੰ ਪਹਿਲਾਂ ਵੈਲਫੇਅਰ ਪ੍ਰੋਗਰਾਮ ਦਾ ਫਾਇਦਾ ਨਹੀਂ ਮਿਲਿਆ ਸੀ ਉਹ ਆਲਰੇਡੀ ਰਜਿਸਟਰ ਹੋ ਚੁੱਕੇ ਹਨ ਔਰ ਅੱਜ ਤੁਸੀਂ ਇਹ ਘੱਟ ਸਾਹਮਣੇ ਦੇਖ ਰਹੇ ਹੋ ਕਿੰਨਾ ਇਹ ਪ੍ਰੋਗਰਾਮ ਸਕਸੈਸਫੁਲ ਹੋਇਆ ਹੈ ਕਿੰਨਾ ਇਹਦਾ ਜਿਹੜਾ ਪਬਲਿਸਿਟੀ DC ਸਾਹਿਬ ਨੇ ਉਹਨਾਂ ਦੀ ਟੀਮ ਨੇ ਕਰੀ ਹੈ ਉਹਦੇ ਨਾਲ ਜਿਹੜਾ ਮੈਸੇਜ ਹਰ ਪਿੰਡ ਕੋਨੇ ਕੋਨੇ ਤੱਕ ਪਹੁੰਚਿਆ ਲੋਕ ਸਕੀਮਾਂ ਦਾ ਫਾਇਦਾ ਲੈਣ ਵਾਸਤੇ ਇੱਥੇ ਆਪਣੇ ਲੋਕ ਰਜਿਸਟਰ ਕਰਨ ਵਾਸਤੇ ਆਏ ਹੈ ਔਰ ਇਸ ਤੋਂ ਬਾਅਦ ਵੀ ਇਹ ਪੂਰੇ ਸਾਲ ਪ੍ਰੋਗਰਾਮ ਚੱਲੂਗਾ ਪੂਰਾ ਸਾਲ ਇਹ ਪ੍ਰੋਗਰਾਮ ਚੱਲੂਗਾ ਔਰ ਇੱਥੇ ਜੋ ਜੋ ਸਕੀਮਾਂ ਹੈ ਜਿਹੜਾ ਅੱਜ ਤੋਂ ਰਹਿ ਗਿਆ ਜੀ ਜਿਹਨੂੰ ਅੱਜ ਨਹੀਂ ਮਿਲਿਆ ਜਾਂ ਫਾਰਮ ਨਹੀਂ ਮਿਲਿਆ ਜਾਂ ਕੁਛ ਤਰ੍ਹਾਂ ਵੀ ਕੋਈ ਰਹਿ ਗਿਆ ਕਿ ਉਹਨੂੰ ਹੋਰ ਵੀ ਸਕੋਪ ਹੈਗਾ ਇਸ ਤੋਂ ਬਾਅਦ ਵੀ ਉਹਨੂੰ ਇਸੇ ਸਕੀਮ ਤਹਿਤ ਕੋਈ ਨਾ ਕੋਈ ਜਿੱਦਾਂ ਮੈਂ ਦੱਸਿਆ ਇਸ ਪ੍ਰੋਗਰਾਮ ਔਨਗੋਇੰਗ ਪ੍ਰੋਗਰਾਮ ਹੈ ਚੱਲਦਾ ਰਹਿੰਦਾ ਵੈਲਫੇਅਰ ਸਕੀਮਾਂ ਜਿਹੜੀਆਂ ਸਰਕਾਰ ਦੀਆਂ ਰੁਕਦੀਆਂ ਨਹੀਂ ਇੱਕ ਦਿਨ ਦੇ ਨਾਲ ਨਹੀਂ ਰਜਿਸਟਰ ਹੁੰਦੀਆਂ ਅੱਜ ਇਹ ਦਿਹਾੜਾ ਜਿਹੜਾ ਸ਼ੁਭ ਦਿਹਾੜਾ ਸੀ ਜਿਹਦੇ ਨਾਲ ਅਸੀਂ ਇਹ ਲਾਂਚ ਕਰਕੇ ਦੁਬਾਰਾ ਸਕੀਮਾਂ ਨੂੰ ਜਿਹੜੇ ਜਿਹੜੇ ਗਰੀਬ ਵਰਗੇ ਲੋਕ ਹੈ ਜਿਹੜੇ ਪਹਿਲਾਂ ਨਹੀਂ ਕਵਰ ਹੋ ਸਕੇ ਸੀ ਉਹਨਾਂ ਨੂੰ ਇਕੱਠਾ ਕਰਕੇ ਕੈਂਪੇਨ ਕਰਿਆ ਤਾਂ ਕਿ ਉਹਨਾਂ ਨੂੰ ਪਤਾ ਵੀ ਲੱਗ ਜਾਏ ਸਰਕਾਰ ਦੀਆਂ ਸਕੀਮਾਂ ਕਿਹੜੀਆਂ
और की उन्होंने बेनीफिट मिल सकते हैं और अब जो नहीं रजिस्टर कर सकते प्रोग्राम अगे भी आ गए डीसी ऑफिस अपने इस तरह के प्रोग्राम अगे भी सदर जारी होने की बिल्कुल जी इस तू बाद अगे भी जो बंदे रह गए उन्होंने भी जेडे कैंप थैंक 115वीं तिथि महात्मा गांधी जी की सबसे बड़ी जो है ट्रिब्यूट दे रहे हैं क्योंकि कैप्टन साहब ने ये जो प्रोग्राम है आज सारे पूरे पंजाब के अंदर बड़े सीनियर ऑफिसर्स की अगुवाई में इशू किया है और जो बेनिफिशरीज हैं उनके लिए जो रह गए हैं चाहे वो पेंशन का है विडो पेंशन का है काटादार स्कीम का है उन सबको आज एक ही प्लेटफॉर्म पे ये सारी सुविधाएं जो है उपलब्ध कराई जाएंगी और ये कौन कौन प्रोजेक्ट है ये गांवों में इसी तरीके से शहर के वार्डों में चलता रहेगा तो मैं समझता हूँ कि आज गांधी जी के लिए जिन्होंने आज़ादी के अंदर सबसे बड़ा योगदान डाला इस देश को आज़ाद कराने में रियल सेंस में जो है कैप्टन साहब द्वारा ये आज लॉन्च किया गया है ये बहुत बड़ा ट्रिब्यूट है ताकि हर एक बेनिफिशरी को उसका जो है फ़ायदा पहुँच सके क्योंकि अब तो डायरेक्ट बेनिफिशरीज के अकाउंट्स में पैसे जा रहे हैं तो कोई भी इन चीज़ों से वंचित ना रहे।